ਅਤੇ ਪੱਤਰਕਾਰ ਕਹਿੰਦੇ ਵੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਮਿਲਿਆ ਨੂੰ ਭਗਵੰਤ ਮਾਨ ਜੀ ਨੂੰ। ਉਹ ਕਹਿੰਦੀ ਜੀ ਮੈਨੂੰ ਲੱਗਦਾ ਹੋ ਗਏ 26-27 ਦਿਨ ਹੋ ਗਏ। ਕਹਿੰਦੇ ਦੇਖ ਲਓ 26-27 ਦਿਨ ਤਾਂ ਤੁਹਾਨੂੰ ਨਹੀਂ ਮਿਲਦਾ, ਉਹ ਫਿਰ ਕੀ ਗੱਲ ਹੈ, ਇਹ ਬਾਰੇ ਕੀ ਕਹਿਣਾ ਚਾਹੋਗੇ? ਤਾਂ ਮੇਰੀ ਮੰਮੀ ਕਹਿੰਦੀ ਵੀ ਕੋਈ ਗੱਲ ਨਹੀਂ, ਜੇ ਮੈਨੂੰ ਨਹੀਂ ਮਿਲਦਾ ਕੋਈ ਗੱਲ ਨਹੀਂ, ਪਰ ਮੈਂ ਟੈਲੀਵਿਜ਼ਨ 'ਤੇ ਦੇਖਦੀ ਹੁੰਦੀ ਹਾਂ, ਮਿਲਦਾ ਤਾਂ ਮਾਵਾਂ ਨੂੰ ਹੀ ਹੈ ਸਾਰਾ ਦਿਨ, ਕਿਸੇ ਨਾ ਕਿਸੇ ਥਾਂ 'ਤੇ ਮਾਵਾਂ ਕੋਲ ਖੜ੍ਹਾ ਹੁੰਦਾ, ਕਦੇ ਮੈਨੂੰ ਇੱਕ ਗਾਲੀਆਂ ਕੋਲ, ਕਦੇ ਕਦੇ ਟੀਚਰਾਂ ਕੋਲ, ਕਦੇ ਕਿਸੇ ਕੋਲ। ਅੱਜ ਵੀ ਮਾਵਾਂ ਨੇ ਕਿੰਨੀਆਂ, ਛੋਟੇ ਬੱਚਾ 15 ਦਿਨ ਦਾ। ਸੋ ਮੈਨੂੰ ਵੀ ਪੱਤਰਕਾਰ ਪੁੱਛਦੇ ਤੁਸੀਂ ਪਰਿਵਾਰ ਨੂੰ ਕਿੰਨਾ ਕਦੋਂ ਟਾਈਮ ਦਿੰਦੇ ਹੋ, ਮੈਂ ਕਿਹਾ ਮੈਂ ਪਰਿਵਾਰ 'ਚ ਹੀ ਰਹਿੰਦਾ ਜੀ। ਕਹਿੰਦੇ ਤੁਸੀਂ ਤਾਂ ਰੋਜ਼ ਕਦੇ ਕਦੇ, ਕੱਲ੍ਹ ਹੁਸ਼ਿਆਰਪੁਰ ਸੀ, ਪਰਸੋਂ ਤੁਸੀਂ ਉੱਥੇ ਸੀ, ਹੈਂ ਅੱਜ ਦਿੱਲੀ ਹੋਵੋਗੇ, ਅਤੇ ਪਰਿਵਾਰ ਨੂੰ ਕਦੋਂ ਟਾਈਮ ਦਿੰਦੇ ਹੋ? ਉਹ ਮੈਂ ਕਿਹਾ ਜੀ ਜਦੋਂ ਮੈਂ ਹੁਸ਼ਿਆਰਪੁਰ ਜਾਂਦਾ, ਤਰਨ ਤਾਰਨ ਜਾਂਦਾ, ਸੰਗਰੂਰ ਜਾਂਦਾ, ਧੂਰੀ ਜਾਂਦਾ, ਮੈਂ ਆਪਣੇ ਪਰਿਵਾਰ ਕੋਲ ਜਾਂਦਾ, ਸਾਰਾ ਪੰਜਾਬ ਹੀ ਮੇਰਾ ਪਰਿਵਾਰ ਹੈ, ਪਰਿਵਾਰ ਨੇ ਮੈਨੂੰ ਮੁਖੀ ਚੁਣਿਆ ਹੋਇਆ 3.5 ਕਰੋੜ ਲੋਕਾਂ ਨੇ। ਸੋ ਮੈਂ ਆਪਣੇ ਪਰਿਵਾਰ ਕੋਲ ਹੀ ਜਾਊਂਗਾ, ਮੈਂ ਲਾਣੇਦਾਰ ਹਾਂ,